अस्सलाम वालेकुम गाइस, उम्मीद कर रहा था सारे ठीक हो, अल्लाह पाक तक सलामत रखे। वेलकम बैक न्यू व्लॉग दे नाल हाजिर होए हैं तुसा मेरा चैनल वे ते पवे अदनान कराची व्लॉग्स। ता आज एक याद दी पुरानी याद नाल हाजिर होया, पुरानी याद नाल ताज़ा करन वास्ते आज दा व्लॉग बनदा पियां। ता आज एक असा लोकेशन ते आए खड़े आसे, ता सुबह आज तक पते जुमे दा डे है, मेरे तरफ जितने भी मुसलमान वे सारा को जुमा मुबारक थी गया, अल्हम्दुलिल्लाह सहरी वगैरह कीती आई, नमाज पढ़ी आई, रोजा रखा आई। ਤਾਂ ਵੱਲ ਮੈਂ ਕਿਹਾ ਚਲੋ ਕਿਉਂ ਨਾ ਥੋੜ੍ਹਾ ਜਿਹਾ ਬਾਹਰ ਵੋਕ ਵਗੈਰਾ ਕਰ ਆਊਂ, ਕੋਈ ਚੰਦ ਵੀਡੀਓਸ ਵਗੈਰਾ ਸ਼ੂਟ ਕਰ ਆਊਂ। ਤਾਂ ਸਾਡੇ ਘਰ ਦੇ ਨਾਲ ਹੀ ਬਿਲਕੁਲ ਹੀ ਬਹੁਤ ਪਿਆਰੀ ਜਿਹੀ ਲੋਕੇਸ਼ਨ ਹੈ, ਸੂਫਾ ਯੂਨੀਵਰਸਿਟੀ ਦੇ ਨਾਂ ਤੋਂ ਬਹੁਤ ਮਸ਼ਹੂਰ ਹੈ ਯੂਨੀਵਰਸਿਟੀ ਹੈ ਬਈ, ਹੈ ਵੀ ਬਾਈ ਚੈੱਕ ਕਰਾ ਸਕਦੇ ਨਾ। ਤਾਂ ਮੇਰੇ ਵਲੋਗ ਬਣਾਉਣ ਦਾ ਮਕਸਦ ਇਹ ਆਈ ਕਿ ਜ਼ਿੰਦਗੀ ਦੀ ਯਾਦਾਂ ਨੇ ਮੇਰੀ ਇਸ ਜਗ੍ਹਾ 'ਤੇ, ਤੁਸੀਂ ਮੇਰੀ ਵੀਡੀਓ ਇਸ ਜਗ੍ਹਾ 'ਤੇ ਕਹਿਣਾ ਵੇਖਿਓ ਸੀ। ਤਾਂ ਲੇਕਿਨ ਇਸ ਜਗ੍ਹਾ 'ਤੇ ਮੈਂ ਸਟਰਗਲ ਬੜੀ ਕੀਤੀ ਹੈ, ਕਿਉਂਕਿ ਮੇਰੇ ਘਰ ਦੇ ਪਾਸ ਆਈ ਤਾਂ ਮੇਰੇ ਕੋਲ ਘਰ ਵਾਲੇ ਜ਼ਿਆਦਾ ਦੂਰ ਕਿਰਾਏ ਨਹੀਂ ਪਹੁੰਚਣ ਦੇ। ਤਾਂ ਮੈਂ ਇਸ ਜਗ੍ਹਾ 'ਤੇ ਆਵੇ ਨਾ ਮੈਂ ਪੈਦਲ ਇੱਕ ਲੜਕੇ ਨੂੰ ਫਾਤੇ, ਮੇਰੇ ਕੋਲ ਆਈਫੋਨ 6S ਮੋਬਾਈਲ ਹੁੰਦਾ ਸੀ ਛੋਟਾ। ਤਾਂ ਇਸ ਜਗ੍ਹਾ 'ਤੇ ਆ ਤਾਂ ਮੈਂ ਬਹੁਤ ਵੀ ਵੀਡੀਓ ਸ਼ੂਟ ਕੀਤੀਆਂ, ਲੇਕਿਨ ਇੱਥੋਂ ਵਾਇਰਲ ਤਾਂ ਕੋਈ ਕਹਿ ਨਹੀਂ ਥਈ। ਲੇਕਿਨ ਇਹ ਮੇਰੀ ਸਟਰਗਲ ਇਸ 'ਤੇ ਤਕਰੀਬਨ ਕੋਈ ਮੈਂ 1 ਤੋਂ 2 ਸਾਲ ਪੂਰਾ ਲਗਾਤਾਰ ਇਹਨਾਂ ਜਗ੍ਹਾ 'ਤੇ ਆਉਣਾ ਵਾਂ, ਇੱਥਾਂ ਵੀਡੀਓਸ ਵਗੈਰਾ ਬਣਾਉਂਦੇ ਆਸੇ। ਤਾਂ ਇੱਥੋਂ ਐਸ਼ਤਾ ਜਿਹੜੇ ਨਾਲ ਪਾਕ ਨੇ ਇੱਜ਼ਤ ਅਦਾ ਕੀਤੀ ਆਈ। ਤਾਂ ਅੱਜ ਮੈਂ ਇਸ ਜਗ੍ਹਾ 'ਤੇ ਆਇਆ ਤਾਂ ਮੇਰੇ ਕੋਲ ਜਿਹੜੇ ਆਪਦਾ ਪੁਰਾਣੀ ਜ਼ਿੰਦਗੀ ਯਾਦ ਆ ਗਈ ਹੈ, ਤਾਂ ਮੈਂ ਕਿਹਾ ਮੈਂ ਆਪਦੇ ਵੀਵਰਸ ਨਾਲ ਜਿਤਨੇ ਮੇਰੇ ਚਾਹਣ ਵਾਲੇ ਵੀ ਉਹਨਾਂ ਦੇ ਨਾਲ ਸ਼ੇਅਰ ਕਰਾਂ। ਤਾਂ ਇਸ ਮੇਰੀ ਜ਼ਿੰਦਗੀ ਦੀ ਜਿਹੜੀ ਨਾ ਸ਼ੁਰੂਆਤ ਸਮਝੋ ਕਿ ਇਸ ਜਗ੍ਹਾ ਤੋਂ ਹੋਈ ਹੈ, ਜ਼ਿੰਦਗੀ ਦੀ ਪਹਿਲੀ ਵੀਡੀਓ ਸਮਝ ਗਏ ਕਿ ਮੈਂ ਇਸ ਲੋਕੇਸ਼ਨ ਤੋਂ ਬਣਵਾਉਣਾ ਵਾ। ਇੱਥੇ ਸ਼ੂਟ ਵਗੈਰਾ ਕਰਦੇ ਸੀ, ਬਹੁਤ ਹੀ ਪਿਆਰੀ ਲੋਕੇਸ਼ਨ ਹੈ, ਖੂਬਸੂਰਤ ਹੈ। ਤਾਂ ਅੱਜ ਅਚਾਨਕ ਮੇਰਾ ਮਾਇੰਡ ਬੜਿਆ, ਤਾਂ ਮੈਂ ਕਿਹਾ ਚਲੋ ਕਿਉਂ ਨਾ ਇਸ ਜਗ੍ਹਾ 'ਤੇ ਜਾ ਕੇ ਵਿਜ਼ਿਟ ਕਰੂੰ, ਕੁਝ ਵੀਡੀਓਸ ਵਗੈਰਾ ਵੀ ਬਣਾਉਂ ਨਾ। ਤਾਂ ਇਹ ਫੇਸ 7 ਹੈ ਪਿਆ ਸਾਡੇ ਘਰ ਦੇ ਨਾਲ ਬਿਲਕੁਲ ਹੀ, ਤਕਰੀਬਨ ਕੋਈ 4 ਤੋਂ 5 ਮਿੰਟ ਲੱਗਦੇ ਨੇ ਇਸ ਲੋਕੇਸ਼ਨ ਤੱਕ। ਤਾਂ ਅਸਾਂ ਪੈਦਲ ਆਉਂਦੇ ਹਾਂ, ਯਕੀਨ ਕਰੋ ਇਤਨੀ ਮਿਹਨਤ ਕੀਤੀ ਆ, ਇਤਨੀ ਸਟਰਗਲ ਕੀਤੀ ਆਈ, ਘਰ ਵਾਲੇ ਇਸ ਚੀਜ਼ ਦੇ ਖਿਲਾਫ ਹਨ ਪਏ ਕਿ ਯਾਰ ਇਹ ਗਲਤ ਕੰਮ ਹੈ, ਨਹੀਂ ਬਣਾਓ ਵੀਡੀਓ ਟਿਕਟੋਕ ਨਾ। ਲੇਕਿਨ ਮਿਹਨਤ ਕੀਤੀ ਹੈ, ਮਿਹਨਤ ਦਾ ਫਲ ਅੱਲਾ ਪਾਕ ਦਿੱਤਾ ਹੈ। ਤਾਂ ਬਾਕੀ ਜਿਤਨੇ ਮੇਰੇ ਸਰਾਕੀ ਵਿਰਾਜ ਚਾਹਣ ਵਾਲੇ ਵੀ ਉਹਨਾਂ ਦੇ ਪਿਆਰ ਨਾਲ, ਉਹਨਾਂ ਦੀ ਸਪੋਰਟ ਨਾਲ ਅੱਜ ਅੱਲਾ ਪਾਕ ਨੇ ਇੱਜ਼ਤ ਅਦਾ ਕੀਤੀ ਹੈ। ਤਾਂ ਅੱਜ ਮੇਰੇ ਇੱਕ ਦਿਲ ਦੀ ਖੁਆਇਸ਼ ਆਈ ਕਿ ਮੈਂ ਆਪਦੇ ਵੀਵਰਸ ਨਾਲ ਵੀ ਸ਼ੇਅਰ ਕਰਾਂ, ਜਿਹੜੇ ਮੇਰੇ ਨਾਲ ਪਿਆਰ ਕਰਦੇ ਵੇ ਉਹ ਮੇਰੀ ਹਰ ਇੱਕ ਗੱਲ ਸੁਣ ਤੇ ਖੁਸ਼ ਥੀਂਦੇ ਨੇ। ਬਾਕੀ ਜਿਹੜੇ ਪਿਆਰ ਨਹੀਂ ਕਰਦੇ ਉਹਨਾਂ ਦਾ ਪਤਾ ਨਹੀਂ, ਜਿਹੜੇ ਮੇਰੇ ਪੱਕੇ ਵੀਵਰ ਜਿਵੇਂ ਮੈਨੂੰ ਵੇਦੇ ਵੇ ਉਹ ਮੇਰੀ ਜ਼ਿੰਦਗੀ ਦੇ ਬਾਰੇ ਸੁਣ ਤੇ ਮੇਰੀ ਜ਼ਿੰਦਗੀ ਦੇ ਬਾਰੇ ਉਹ ਸਮਝ ਤੇ ਉਹਨਾਂ ਕੋ ਬਹੁਤ ਖੁਸ਼ੀ ਫੀਲ ਥੀਂਦੀ ਹੈ ਨਾ। ਤਾਂ ਬਾਕੀ ਜਿਤਨੇ ਵੀ ਮੇਰੇ ਚਾਹਣ ਵਾਲੇ ਵੀ ਤਲੇ ਅਦਨਾਨ ਲਵ ਦਾ ਕਮੈਂਟ ਮਰੇ ਸੋ। ਬਾਕੀ ਅੱਜ ਇਨਸ਼ਾਅੱਲਾ ਜਿਹੜਾ ਨਾ ਬਹੁਤ ਹੀ ਪਿਆਰਾ ਮੌਸਮ ਹੈ, ਸੁਬਾ ਸੁਬਾ ਦਾ ਮੰਜ਼ਰ ਐਸਾ ਹੈ ਕਿ ਯਕੀਨ ਕਰੋ ਰਮਜ਼ਾਨ 'ਚ ਸੁਬਾ ਸੁਬਾ ਆਉਂਦੇ ਹਾਂ, ਮੈਂ ਕਿਹਾ ਚਲੋ ਕਿਉਂ ਨਾ ਸੁਬਾ ਸੁਬਾ ਦਾ ਨਜ਼ਾਰਾ ਵੀ ਕਰ ਗਏ ਨੂੰ, ਸੁਬਾ ਸੁਬਾ ਦਿਲ ਕੋ ਸਕੂਨ ਵੀ ਬਹੁਤ ਜ਼ਿਆਦਾ ਮਿਲਦਾ, ਨਾ ਕੋਈ ਜ਼ਿਆਦਾ ਰਸ਼ ਹੁੰਦਾ, ਨਾ ਕੋਈ ਜ਼ਿਆਦਾ ਲੋਕ ਆਉਂਦੇ ਨੇ, ਬਿਲਕੁਲ ਸਕੂਨ ਨਾਲ ਆਪਦੀ ਸ਼ੂਟ ਵਗੈਰਾ ਵੀ ਕਰਦੇ ਆ, ਇੰਜੋਏ ਵੀ ਕਰੇ ਨੇ ਹੈ ਨਾ। ਬਾਕੀ ਹੁਣ ਇੱਥੇ ਚੰਦ ਵੀਡੀਓਸ ਵਗੈਰਾ ਬਣੇ ਨੇ, ਵੱਲ ਤੋਂ ਅੱਗੇ ਦਾ ਪਲਾਨ ਦੱਸੇ ਨੇ, ਅੱਗੇ ਦਾ ਪਲਾਨ ਕਿਆ ਹੈ। ਜਲਦੀ ਜਲਦੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਮਾਰ ਗਏ ਨੋ, ਅਗਰ ਫੇਸਬੁੱਕ ਤੇ ਵੇਦੇ ਪਏ ਮੇਰੇ ਪੇਜ ਨੂੰ ਫੋਲੋ ਕਰ ਗਏ ਨੋ, ਅੱਜ ਦਾ ਵਲੌਗ ਸਟਾਰਟ ਕਰਦੇ ਆ। ਗਾਈਸ ਗੱਲ ਇਵੇਂ ਕਿ ਅਸਾਂ ਜਿਹੜੇ ਨਾ ਕੁਝ ਵੀਡੀਓਸ ਵਗੈਰਾ ਬਣਾਉਣੀ ਆਏ ਉਸ ਲੋਕੇਸ਼ਨ ਤੋਂ ਵਾਪਸੀ ਆ ਗਏ ਆਪਦੇ ਇਲਾਕੇ 'ਚ। ਤਾਂ ਇਹ ਸਾਰਾ ਟੇਲਰ ਆਈ ਉਹ ਕੋ ਅਸਾਂ ਕੱਪੜੇ ਦਿੱਤੇ ਹੋਏ ਹਨ ਸਿਲਾਈ ਵਾਸਤੇ, ਤਾਂ ਅਸਾਂ ਕੱਪੜੇ ਚੈੱਕ ਕਰਨ ਆਇਆ ਸੀ। ਉਹ ਕੋ ਕਾਲ ਕੀਤੀ ਵਿਚਾਰਾ ਸੁੱਤਾ ਵੀ ਆਈ, ਮੈਂ ਕਿਹਾ ਜਲਦੀ ਜਲਦੀ ਆਵਾਂ ਜਿਹੜਾ ਨਾ ਸਭ ਕੱਪੜੇ ਚੈੱਕ ਕਰਾ ਕੇ ਕਿਵੇਂ ਤੁਸੀਂ ਤੇ ਨਹੀਂ ਤਵੀ ਅਸਾਂ ਵੀਡੀਓ ਬਣਾਉਣੀ ਆਈ ਸੀ ਬਾਈ। ਕੌਣ ਸੀ ਵੀਡੀਓ ਬਣਾ ਦਿੱਤੀ? ਵੀਡੀਓ ਦਰਜੀ ਵਾਲੀ ਬਣਾਉਣੀ ਹੈ, ਦਰਜੀ ਵਾਲੀ ਇੱਕ ਵੀਡੀਓ ਟ੍ਰੈਂਡਿੰਗ 'ਚ ਆਈ ਪਈ ਆਈ, ਉਹ ਵੀ ਸ਼ੂਟ ਕਰਨੀ ਆਈ ਅਤੇ ਕੱਪੜੇ ਵਗੈਰਾ ਵੀ ਵੇਖ ਲਿਆ ਕਿ ਬਾਈ ਨੇ ਕਿਵੇਂ ਸੀਤੇ। ਤਾਂ ਸ਼ੋਪ ਹੁੰਦੀ ਬੰਦ ਪਈ ਹੋ ਜਿਵੇਂ ਆਉਂਦਾ, ਆ ਕੇ ਮੈਂ ਆਉਂਦਾ ਪਿਆ ਨੇਂਦਰੇ 'ਚ ਆਈ, ਆ ਕੇ ਸਿਤਨਾਨ ਬਾਈ 2 ਮਿੰਟ 'ਚ ਪਹੁੰਚਦਾ ਪਿਆ ਜਿਵੇਂ ਆਉਂਦਾ ਸ਼ੋਪ ਖੁੱਲੈਂਦਾ। ਵੱਲ ਤੋਂ ਆਪਦੇ ਕੱਪੜਾ ਦਾ ਵੀ ਵਿਜ਼ਿਟ ਕਰਵੇਨੇ, ਤਾਂ ਉਸ ਤੋਂ ਬਾਵਜੂਦ ਜਿਹੜਾ ਨਾ ਵੀਡੀਓ ਬਣੇ ਸੁੱਖ, ਉਹ ਵੀ ਤੁਹਾਨੂੰ ਵੀ ਕਹਿ ਸੁੱਖ ਹਾਲੀ ਦੇਖ ਲੈ ਇਹ ਕੰਮ ਕਿਆ ਤੋੜ ਦਿਆ ਬਾਈ, ਚਸ਼ਮਾ ਤੋੜ ਦਿਆ, ਹੈਪੀ ਬਾਈ ਦਾ ਚਸ਼ਮਾ ਟੁੱਟ ਗਿਆ, ਬ੍ਰਾਂਡਡ ਚਸ਼ਮਾ ਤਾਂ। ਜੀ ਗਾਈਸ ਗੱਲ ਇਵੇਂ ਕਿ ਸ਼ੋਪ ਸੁਬਹ ਸੁਬਹ ਨਾਲ ਓਪਨ ਕਰਾ ਕੇ ਦੀ ਆਈ, ਜਿਹਦੇ ਸਾਡੇ ਕੱਪੜੇ ਵਗੈਰਾ ਸਿਲਾਈ ਆਉਂਦੇ ਨੇ। ਤਾਂ ਇੱਕ ਵੀਡੀਓ ਬਣਾਉਣੀ ਆਈ, ਵੀਡੀਓ ਬਣਾ ਕੇ ਦੀ ਪਹਿਲੇ ਸਾ ਵੀਡੀਓ ਬਣਾਈਏ, ਵੀਡੀਓ ਬਣਾ ਕੇ ਹੁਣ ਮੈਂ ਕਿਹਾ ਚਲੋ ਵਲੌਗ ਨੂੰ ਕੰਟੀਨਿਊ ਕਰੂੰ। ਤਾਂ ਇਹ ਸਾਡੇ ਕੱਪੜੇ ਧੂਮਰ ਸਿਲਾਈ ਵਗੈਰਾ ਆਉਂਦੇ ਨੇ, ਬਹੁਤ ਬਹੁਤ ਸਿਲਾਈ ਹੁੰਦੀ ਇਹਨਾਂ ਦੀ, ਫਿਰ ਟੇਲਰ ਸਾਹਿਬ ਇਹਨੂੰ ਬਣੇ ਲਈ ਕੋਈ ਚਾਹ ਮਾਰਿਆ ਮੈਂ ਉੱਤੇ ਚੜ੍ਹਿਆ, ਇਹਦੇ ਕੋਲ ਹੁਣ ਕੱਪੜਾ ਲੀ ਜਾਣਾ, ਕੱਪੜੇ ਦਿਖਾ ਯਾਰ ਕਿਹੜੇ ਸੀ ਤੈਨੂੰ, ਕੋਈ ਇੱਕ ਸੂਟ ਕਿਆ ਵਾ ਮਿਲ ਲੈ ਤਾਂ ਹੈ ਕਿ ਕਹਿੰਦੇ ਸੀ ਤੈਨੂੰ ਮਿਲ ਲੈ ਤਾਂ ਹੈ ਕਿ ਕਹਿੰਦੇ ਸੀ ਤੈਨੂੰ ਕਿਤੇ ਨਹੀਂ, ਕਿਉਂਕਿ ਅਸਾਂ ਕਾਫੀ ਸੂਟ ਨਹੀਂ ਪਿਆਨ ਪਏ। ਮੈਂ ਕਹੀ ਪਹਿਲੇ ਚੈੱਕ ਕਰ ਗਈ ਜਿਹੜਾ ਨਾ ਇੱਕ ਸੂਟ ਜਿਹੜਾ ਸਿਲਾਈ ਥੀ ਵੀ ਉਹਦੀ ਸਿਲਾਈ ਸਹੀ ਹੈ, ਤਾਂ ਕੁਝ ਮਿਸਟੇਕ ਆਨ ਤਾਂ ਉਹਨਾਂ ਕੋ ਦੱਸਣਾ ਆਇਆ ਕਿ ਯਾਰ ਨੈਕਸਟ ਟਾਈਮ ਤੁਹਾਨੂੰ ਓਕੇ ਕਰਨੇ। ਇਹ ਬਾਈ ਦਾ ਡਰੈਸ ਹੀ ਆਨੇ ਪਏ ਨੇ ਜੇ ਕੱਪੜੇ ਸਿਵਾਉਣੇ ਨੇ, ਕਿਰਾਚੀ ਜੋ ਖਾਸ ਤੌਰ ਕਿਰਾਚੀ ਆ ਰਿਹਾ ਸੋ, ਬਾਕੀ ਹੋਰ ਰੱਬ ਤਾਂ ਨਾ ਗਏ। ਇਹ ਤੋਂ ਆਪ ਮੇਰੇ ਨਾਂ ਦਾ ਡਿਸਕਾਊਂਟ ਹੈ ਸੀ ਇਨਸ਼ਾਅੱਲਾ 10%। ਕਿਹੜੇ ਨੇ ਗਾਈਸ ਤੁਹਾਨੂੰ ਵੀ ਕਹਿੰਦਾ ਬਾਬਾ ਸਾਹਿਬ ਇਹ ਤਾਂ ਪੈਸਾ ਮਾਲੀ ਤੋਂ ਕਹਿੰਦੇ ਚਾਹਵੇਂ ਦੇ ਯਾਰ ਕੋ ਸਿਲਾਈ ਕਰਾਇਆ
कपड़े जड़ा एक सूट तैयार थी वो आता कि यार मैं घर रखा है ना ये बोल गया क्या कर ਇਹ ਕਿਹੜਾ ਲਾਈਕ ਨਾ ਬਿਲਕੁਲ ਨਾਪ ਜਿਹੜਾ ਨਾ ਫਿਕਸ ਲਿਖਵਾੜੀ ਥੀ ਤਾਂ ਕਿ ਜਿਹੜਾ ਨਾ ਮਿਸਟੇਕ ਨਾ ਕਰੇ ਮੇ ਗਾਲੇ ਹੈਵੀ ਭਾਈ ਆਪਕੇ ਕਪੜੇ ਜੋ ਹੈ ਇਹ ਬੋਲ ਰਹੀ ਮੈਂ ਈਦ ਕੇ ਬਾਅਦ ਮਿਲेंगे ਫੇਰ ਮਾਰੂਗਾ ਫੇਰ ਗਾਇਸ ਨਾਪ ਵਗੈਰਾ ਕੰਪਲੀਟ ਰੈਡੀ ਥੀ ਹੈ ਫਿਕਸ ਜਿਹੜਾ ਨਾ ਤਾਂ ਹੁਣ ਇਨਸ਼ਾਅੱਲਾ ਵੇਸੂ ਵਾਪਸੀ ਘਰ ਦੀ ਤਰਫ ਟਾਈਮ ਤਾਂ ਕੁੜੀ ਖਾੜੇ ਹੋ ਚਾਹਤੇ ਚੁਕੇ ਟਾਈਮ ਤਾਂ ਇਸ ਨੂੰ ਕਿਨੇ ਖਿਆਰ ਹੋਏ 8:43 ਹੋ ਚੁੱਕੇ ਨੇ ਤਾਂ ਹੁਣ ਇਨਸ਼ਾਅੱਲਾ ਜਿਹੜਾ ਨਾ ਘਰ ਦੀ ਤਰਫ ਵੇਖੋ ਭਾਈ ਤੋਂ ਸਾਡੀ ਟੇਲਰ ਹੈ ਇੱਥੇ ਕੱਪੜੇ ਵਗੈਰਾ ਸਿਲਾਈ ਥੀਂਦੇ ਨਹੀਂ ਹੈ ਭਾਈ ਹੁਣ ਇਨਸ਼ਾਅੱਲਾ ਵੇਨੇ ਪਏ ਵਾਪਸੀ ਘਰ ਦੀ ਤਰਫ ਤਾਂ ਇਨਸ਼ਾਅੱਲਾ ਮੈਂ ਹੁਣ ਘਰ ਵਾਂ ਜੇ ਕੁਝ ਦੇਰ ਸਮਸਾ ਰੈਸਟ ਕਰੇ ਸਾਂ ਕਿਉਂਕਿ ਨੀਂਦਰ ਮੇਰੀ ਪੂਰੀ ਕਹਿ ਨਹੀਂ ਵਾਲੀ ਇਨਸ਼ਾਅੱਲਾ ਜੁਮਾ ਨਮਾਜ਼ ਪੜ੍ਹ ਤੋਂ ਜੁਮਾ ਨਮਾਜ਼ ਦੇ ਟਾਈਮ ਉੱਠੀ ਸੂੰ ਤਾਂ ਹੁਣ ਇਨਸ਼ਾਅੱਲਾ ਘਰ ਵੇਨੇ ਪਏ